ਪੰਥ ਰੀਣੀ ਰਹੇਗਾ ਸ਼੍ਰੋਮਣੀ ਕਮੇਟੀ ਦੇ ਐਗਜ਼ੀਕਿਊਟਿਵ ਮੈਂਬਰ ਪਾਈ ਗੁਰਪ੍ਰੀਤ ਸਿੰਘ ਰੰਧਾਵਾ ਦਾ ਜਿਹੜੇ ਨਿਰੰਤਰ 2 ਸਾਲ ਤੋਂ ਸ਼੍ਰੋਮਣੀ ਕਮੇਟੀ ਦੀਆਂ ਵਿਸ਼ੇਸ਼ ਬੈਠਕਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਛਪਾਈ ਵਾਲਾ ਅਹਿਮ ਅਤੇ ਅਤਿਅੰਤ ਸੰਵੇਦਨਸ਼ੀਲ ਮਸਲਾ ਉਠਾਉਂਦੇ ਆ ਰਹੇ ਹਨ ਐਤਕੀ ਉਹਨਾਂ ਨੇ ਇਹ ਪ੍ਰਗਟਾਵਾ ਇਲੈਕਟ੍ਰੋਨਿਕ ਸੋਸ਼ਲ ਮੀਡੀਏ ਅਤੇ ਪ੍ਰਿੰਟ ਮੀਡੀਏ ਦੁਆਰਾ ਸਮੁੱਚੇ ਪੰਥ ਦੇ ਨਾਲ ਸਾਂਝਾ ਕਰਦਿਆਂ ਰੋਸ ਪ੍ਰਗਟ ਕੀਤਾ ਹੈ ਸ਼੍ਰੋਮਣੀ ਕਮੇਟੀ ਇਸ ਪੱਖੋਂ ਟਾਲ ਮਟੋਲ ਵਾਲੀ ਨੀਤੀ ਅਪਣਾ ਰਹੀ ਹੈ ਜੋ ਪੰਥਕ ਹਿੱਤ ਦੇ ਵਿੱਚ ਨਹੀਂ ਹੈ ਪੰਜਾਬੀ ਦੇ ਕਈ ਮੈਗਜ਼ੀਨਾਂ ਤੇ ਅਖਬਾਰਾਂ ਦੁਆਰਾ ਵੀ ਕਈ ਵਿਦਵਾਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪੀਧਾਂ ਦਾ ਮਸਲਾ ਚੁੱਕਦਿਆਂ ਪਾਵਨ ਬੀੜ ਦੀ ਸ਼ੁੱਧ ਛਪਾਈ ਬਾਰੇ ਚਰਚਾ ਕੀਤੀ ਹੈ ਭਾਈ ਗੁਰਪ੍ਰੀਤ ਸਿੰਘ ਜੀ ਨੇ 1960 ਵਾਲੇ ਫੈਸਲੇ ਦੇ ਚਾਨਣ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅੰਤਰਾਂ ਦੀ ਸੁਧਾਈ ਕਰਨ ਦਾ ਸੁਝਾਅ ਦਿੱਤਾ ਹੈ ਉਹਨਾਂ ਦਾ ਦਾਵਾ ਹੈ ਕਿ ਉਸ ਫੈਸਲੇ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕੀਤਾ ਸੀ ਪਰ ਮੈਨੂੰ ਇਉਂ ਜਾਪਦਾ ਹੈ ਕਿ ਅਜਿਹਾ ਕਿਸੇ ਫੈਸਲੇ ਨੂੰ ਪੰਥਕ ਪੱਧਰ ਦੀ ਪ੍ਰਮਾਣਗੀ ਨਹੀਂ ਮਿਲੀ ਇਹ ਵਿਚਾਰ ਹਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਅਤੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਦੇ ਜੋ ਉਹਨਾ ਆਪਣੀ ਈਮੇਲ ਪ੍ਰੈਸ ਨੋਟ ਦੇ ਰਾਹੀਂ ਅਦਾਰਾ ਸਿੱਖ ਨਿਊਜ਼ ਐਕਸਪ੍ਰੈਸ ਦੇ ਨਾਲ ਸਾਂਝੇ ਕੀਤੇ ਹਨ ਉਹਨਾਂ ਆਪਣੇ ਉਪਰੋਕਤ ਬਿਆਨ ਦੀ ਸਪਸ਼ਟਤਾ ਦੇ ਪੱਖੋਂ ਲਿਖਿਆ ਹੈ ਕਿ ਜੇ ਸੰਨ 1960 ਵਾਲਾ ਫੈਸਲਾ ਸਮੁੱਚੇ ਬੰਧ ਨੇ ਪ੍ਰਵਾਨ ਕੀਤਾ ਹੁੰਦਾ ਤਾਂ ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਪਿੰਡ ਰਕਲਾਂ ਫਿਰੋਜ਼ਪੁਰ ਵਾਲੇ ਆਪਣੀ ਪੁਸਤਕ ਕੁਰਬਾਨੀ ਪਾਠ ਦਰਸ਼ਨ ਵਿੱਚ ਸ਼੍ਰੀ ਕਰਤਾਰਪੁਰੀ ਅਤੇ ਸ਼੍ਰੀ ਦੰਦਮੀ ਬੀੜ ਵਿੱਚ 1562 ਪੀਧਾਂ ਦਾ ਵਰਣਨ ਨਾ ਕਰਦੇ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਸਨ 1952 ਵਿੱਚ 733 ਸੋਧਾਂ ਕਰਕੇ ਜੋ ਪਹਿਲੀ ਵਾਰ ਪਾਵਨ ਬੀੜ ਛਾਪੀ ਸੀ ਉਹਦੀ ਛਪਾਈ ਉਪਰੋਕਤ ਦੂਵੇਂ ਹੱਥ ਲਿਖਤ ਪ੍ਰਾਤਨ ਬੀੜਾਂ ਤੇ ਆਧਾਰਿਤ ਸੀ ਜੇ ਕੋਈ 1960 ਵਿੱਚ ਪਾਵਨ ਬੀੜ ਦੀ ਛਪਾਈ ਲਈ ਪੰਥਕ ਪੱਧਰ ਦਾ ਕੋਈ ਸਾਂਝਾ ਫੈਸਲਾ ਹੋਇਆ ਹੁੰਦਾ ਤਾਂ ਸ਼੍ਰੋਮਣੀ ਕਮੇਟੀ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਦੀ ਸਹਿਮਤੀ ਦੇ ਨਾਲ ਸਨ 1974 ਦੇ ਵਿੱਚ ਆਠ ਪੀਧਾਂ ਦੀ ਸੂਚੀ ਤਿਆਰ ਕਰਨ ਦੇ ਲਈ ਤਿੰਨ ਮੈਂਬਰੀ ਖੋਜ ਕਮੇਟੀ ਨਾ ਬਣਾਉਂਦੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਜੀ ਦੀ ਸਹਿਮਤੀ ਦੇ ਨਾਲ ਸਨ 1996 ਦੇ ਵਿੱਚ ਅਤੇ ਸਨ 1998 ਦੇ ਵਿੱਚ ਜਥੇਦਾਰ ਪਾਈ ਰਣਜੀਤ ਸਿੰਘ ਜੀ ਦੀ ਸਹਿਮਤੀ ਦੇ ਨਾਲ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਜਥਾ ਸਥਾਪਿਤ ਨਾ ਹੁੰਦਾ ਜਿਸ ਨੇ ਸਨ 2002 ਦੇ ਵਿੱਚ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਸਨ 1974 ਤੋਂ 76 ਤੱਕ ਪਾਠ ਪੇਦਾਂਵ ਸੰਬੰਧੀ ਜੋ ਖੋਜ ਹੋਈ ਸ਼੍ਰੋਮਣੀ ਕਮੇਟੀ ਨੇ ਜਨਵਰੀ 1977 ਦੇ ਵਿੱਚ ਉਸ ਨੂੰ ਬਾਠ ਪੇਧ ਸੂਚੀ ਪੁਸਤਕ ਦੇ ਰੂਪ ਵਿੱਚ 500 ਕਾਪੀਆਂ ਛਾਪ ਕੇ ਵਿਦਵਾਨਾਂ ਨੂੰ ਵਿਚਾਰਨ ਲਈ ਭੇਜਿਆ ਗਿਆਨੀ ਜਾਚਕ ਨੇ ਇਹ ਵੀ ਵਰਣਨ ਕੀਤਾ ਹੈ ਕਿ ਜੇ ਕੋਈ ਸਨ 1960 ਵਾਲਾ ਪੰਥ ਪਰਵਾਰੰਦ ਫੈਸਲਾ ਹੋਇਆ ਹੁੰਦਾ ਤਾਂ ਸ਼੍ਰੋਮਣੀ ਕਮੇਟੀ ਸਨ 1977 ਤੋਂ ਹੁਣ ਤੱਕ ਦੀਆਂ ਆਪਣੀਆਂ ਗੁਰਬਾਣੀ ਪ੍ਰਕਾਸ਼ਨਾਂ ਦੇ ਵਿੱਚ ਸੈਂਕੜੇ ਸੋਧਾਂ ਨਾ ਕਰਦੀ ਰੀਥਿੰਕ ਬੁਕਸ ਦੁਆਰਾ ਛਪੀ ਪਾਠ ਅੰਤ ਸੁਧਾਈ ਤੇ ਸ਼ੁੱਧ ਛਪਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਂ ਦੀ ਖੋਜ ਪੁਸਤਕ ਵਿੱਚ 256 ਪਾਠਾਂ ਦੀ ਸੂਚੀ ਪੜ੍ਹੀ ਜਾ ਸਕਦੀ ਹੈ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਆਪ ਸੋਧਿਆ ਹੈ ਜੇ ਸੰਨ 1960 ਵਾਲਾ ਕੋਈ ਫੈਸਲਾ ਸਮੁੱਚੇ ਪੰਥ ਨੇ ਪ੍ਰਮਾਣ ਕੀਤਾ ਹੁੰਦਾ ਤਾਂ ਡੇਰਾ ਚੌਂਕ ਮਹਿਤਾ ਟਕਸਾਲ ਪਿੰਡਾਂ ਵੱਲੋਂ ਛਪਦੀਆਂ ਸੱਥਾਂ ਸੈਂਚੀਆਂ ਤੇ ਟੀਕੇ ਵਿੱਚ ਉਹਨਾਂ ਸੈਂਕੜੇ ਪਾਠਾਂ ਦੀ ਚੁੱਪਚਾਪ ਤੇ ਸੋਧ ਸੁਧਾਈ ਨਾ ਕੀਤੀ ਜਾਂਦੀ ਜੀਣਾ ਬਾਰੇ ਗੁਰਬਾਣੀ ਪਾਠ ਦਰਸ਼ਨ ਚੋਂ ਸਿੱਧ ਮਿਲਦੀ ਹੈ ਅੰਤ ਵਿੱਚ ਉਹਨਾਂ ਆਖਿਆ ਕਿ ਜੇ ਸ਼ਰੂਮਣੀ ਕਮੇਟੀ ਦੇ ਐਡਜੈਕਟਿਵ ਮੈਂਬਰ ਭਾਈ ਗੁਰਪ੍ਰੀਤ ਸਿੰਘ ਜੀ ਦੇ ਧਿਆਨ ਵਿੱਚ 1960 ਵਾਲਾ ਕਥਿਤ ਫੈਸਲਾ ਲਿਖਤ ਰੂਪ ਵਿੱਚ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਸ ਦੀ ਕੋਈ ਕਾਪੀ ਖਾਲਸਾ ਪੰਥ ਨਾਲ ਸਾਂਝੀ ਕਰਨ ਗਿਆਨਵੰਤ ਗੁਰਸਿੱਖ ਭਾਈ ਸਾਹਿਬ ਜੀ ਦੇ ਅਤੀ ਧੰਨਵਾਦੀ ਹੋਣਗੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ